ਅਗਰ ਤੁਹਾਡੀ ਇਨਕਮ ਐਜ਼ ਅ ਸੈਲਫ ਇੰਪਲੋਇਡ 1,000 pounds ਤੋਂ ਜ਼ਿਆਦਾ ਹੈ ਤਾਂ ਤੁਸੀਂ ਆਪਣੀ ਪਰਸਨਲ ਟੈਕਸ ਰਿਟਰਨ ਫਾਈਲ ਕਰਨੀ ਹੈ। ਸਾਡੇ ਕੋਲ 12 ਲੋਕ ਆਏ ਨੇ ਜਿਨ੍ਹਾਂ ਕਿਹਾ ਕਿ ਸਰ ਮੇਰਾ ਮੁਨਾਫਾ ਜਾਂ ਮੇਰੀ ਇਨਕਮ 12,500 ਤੋਂ ਘੱਟ ਹੈ, ਮੈਨੂੰ ਟੈਕਸ ਰਿਟਰਨ ਫਾਈਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਇਹ ਮਾਲੂਮਾਤ ਗਲਤ ਹੈ, ਇਹ ਇਨਫੋਰਮੇਸ਼ਨ ਗਲਤ ਹੈ, ਇਹ ਤਸੱਵਰ ਗਲਤ ਹੈ। ਅਗਰ ਤੁਸੀਂ ਸੈਲਫ ਇੰਪਲੋਇਡ ਤੋਂ 1,000 pounds ਤੋਂ ਜ਼ਿਆਦਾ ਕਮਾ ਰਹੇ ਹੋ ਤਾਂ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਰਨੀ ਹੈ। 12,500 ਵਾਲਾ ਜਿਹੜਾ ਬ੍ਰੈਕਟ ਹੈ ਉਹ ਪਰਸਨਲ ਅਲਾਊਂਸ ਹੈ। ਤੁਹਾਡੀ ਟੋਟਲ ਇਨਕਮ ਫਰੋਮ ਆਲ ਦਾ ਸੋਰਸਿਸ, ਇਨਕਮ, ਸੈਲਫ ਇੰਪਲੋਇਮੈਂਟ, ਰੈਂਟ, ਇਹ ਸਾਰਾ ਮਿਲਾ ਕੇ ਇਸ 'ਤੇ ਤੁਹਾਨੂੰ 12,500 ਟੈਕਸ ਫਰੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਗਰ ਤੁਸੀਂ ਸੈਲਫ ਇੰਪਲੋਇਮੈਂਟ ਦੀ ਇਨਕਮ 12,000 ਤੱਕ ਕਮਾ ਰਹੇ ਹੋ ਤਾਂ ਤੁਸੀਂ ਟੈਕਸ ਰਿਟਰਨ ਫਾਈਲ ਨਹੀਂ ਕਰਨੀ। ਅਗਰ ਤੁਸੀਂ 1,000 pounds ਤੋਂ ਜ਼ਿਆਦਾ ਕਮਾ ਰਹੇ ਹੋ, ਤੁਸੀਂ ਰਜਿਸਟਰ ਵੀ ਕਰਨਾ ਹੈ, ਫਾਈਲਿੰਗ ਵੀ ਕਰਨੀ ਹੈ। ਅਗਰ ਤੁਸੀਂ ਰਜਿਸਟਰ ਨਹੀਂ ਹੁੰਦੇ ਹੋ, ਫਾਈਲ ਨਹੀਂ ਕਰਦੇ ਹੋ, ਟੈਕਸ ਵਾਲਿਆਂ ਨੂੰ ਮਾਲੂਮਾਤ ਹੋ ਜਾਂਦੀ ਹੈ, ਜਿਹੜੀ ਕਿ ਅੱਜ ਕੱਲ੍ਹ ਇਨਫੋਰਮੇਸ਼ਨ ਸ਼ੇਅਰਿੰਗ ਦੇ ਨਤੀਜੇ 'ਚ ਬਹੁਤ ਮੁਮਕਿਨ ਹੈ ਕਿ ਹੋ ਜਾਏਗੀ, ਅਤੇ ਫਿਰ ਤੁਹਾਨੂੰ ਨੋਨ ਰਜਿਸਟ੍ਰੇਸ਼ਨ ਦੀ ਵੀ, ਨੋਨ ਫਾਈਲਿੰਗ ਦੀ ਵੀ, ਨੋਨ ਪੇਮੈਂਟ ਦੀ ਵੀ ਪੈਨਲਟੀਜ਼ ਪੈ ਸਕਦੀਆਂ ਨੇ। ਇਸ ਤਮਾਮ ਮੁਸ਼ਕਲ ਤੋਂ ਬਚਣ ਦਾ ਬਿਹਤਰ ਹੱਲ ਇਹ ਹੈ ਕਿ ਤੁਸੀਂ ਕਿਸੇ ਪ੍ਰੋਫੈਸ਼ਨਲ ਨਾਲ ਕੋਂਟੈਕਟ ਕਰੋ, ਉਹ ਤੁਹਾਨੂੰ ਬਿਹਤਰ ਗਾਈਡ ਵੀ ਕਰਨਗੇ ਤਾਂ ਕਿ ਤੁਹਾਨੂੰ ਮੁਸਤਕਬਲ 'ਚ ਕਿਸੇ ਪ੍ਰੋਬਲਮ 'ਚ ਨਾ ਫਸ ਜਾਓ ਅਤੇ ਪੈਨਲਟੀ ਅਤੇ ਟੈਕਸਿਸ ਐਕਸਟਰਾ ਨਾ ਪੈ ਜਾਣ। ਤੁਹਾਨੂੰ ਅਗਰ ਮਜ਼ੀਦ ਮਾਲੂਮਾਤ ਚਾਹੀਦੀਆਂ ਨੇ ਤਾਂ ਸਾਡੇ ਆਫਿਸ ਕੋਂਟੈਕਟ ਕਰੋ, ਐਂਡ ਸਾਡੇ ਕੁਲੀਗ ਮੁਖਤਲਿਫ ਆਫਿਸਿਸ 'ਚ ਤੁਹਾਡੀ ਹੈਲਪ ਵਾਸਤੇ ਮੌਜੂਦ ਨੇ। ਸ਼ੁਕਰੀਆ।